ਦਿਨ ਛੁੱਟੀ ਕੱਢ ਕੇ ਆਇਆ। ਅੱਛਾ ਜੀ। 2 ਦਿਨ ਦੀ ਛੁੱਟੀ ਸੀ, ਮੈਮੋਰੀ ਕਾਰਡ ਖਾਲੀ ਹੋ ਗਿਆ ਸੀ। ਓਕੇ। ਮੈਂ ਆਰਾਮ ਨਾਲ ਸੁੱਤਾ ਤੇ ਅਚਾਨਕ ਮੈਨੂੰ ਯਾਦ ਆਇਆ ਕਿ ਬਿਲਾਵਲ ਹਾਊਸ ਤੇ ਗਿਆ ਹੀ ਨਹੀਂ। ਅਰੇ, ਭਿੰਡੀ ਗੋਸ਼ ਦਾ ਮਜ਼ਾ ਤੇ ਲਿਆ ਹੀ ਨਹੀਂ। ਅੱਛਾ। ਕੱਢਿਆ ਫਿਰ ਡਾਲਾ। ਓਕੇ। ਪਹੁੰਚਿਆ ਫਿਰ ਮੈਂ ਉਲਾਲਾ ਉਲਾਲਾ ਬਿਲਾਵਲ ਹਾਊਸ ਹੈ। ਕਰਾਚੀ ਦੇ ਮਜ਼ਾਫਾਤ ਵਿੱਚ ਫਿਰਦਾ ਫਿਰਦਾ VIP ਪਾਰਕਿੰਗ ਦੇ ਵਿੱਚ ਡਾਲਾ ਮੈਂ ਫਿੱਟ ਕੀਤਾ। ਸਾਰੇ ਮੈਂ ਬਰਾਂਡੇ ਛਾਣ ਮਾਰੇ ਨੇ। ਠੀਕ ਹੈ। ਸਰਦਾਰੀ ਸਾਹਿਬ ਲੱਭੇ ਹੀ ਨਹੀਂ। ਅੱਛਾ। ਅਖੀਰ ਫਿਰ ਭਿੰਡੀ ਗੋਸ਼ ਦੀ ਖੁਸ਼ਬੂ ਕੋ ਟਰੈਕ ਕਰਤਾ ਹੋਇਆ ਗਿਆ ਹੁਣ ਡਾਇਨਿੰਗ ਟੇਬਲ ਤੱਕ। ਮੈਂ ਕਿਹਾ ਲਓ ਜੀ ਹੁਣ ਲੈਵਲ ਕੰਪਲੀਟ। ਓਕੇ। ਸਰਦਾਰੀ ਸਾਹਿਬ ਮੇਰੇ ਪਿਆਰੇ ਦੋਸਤ, ਮੇਰੇ ਮੋਹਤਰਮ, ਸਿਆਸੀ ਸ਼ਖਸੀਅਤ ਦੇ ਦਰਮਿਆਨ ਦੇ ਵਿੱਚ ਬੈਠੇ। ਅੱਛਾ। ਮੁਸਕੁਰਾ ਰਹੇ। ਮੈਂ ਸਮਝ ਗਿਆ 1.5 ਸਾਲ ਦੀ ਹਕੂਮਤ ਦਾ ਹੈਪੀ ਐਂਡ ਹੋ ਗਿਆ। ਮੈਨੂੰ ਵੀ ਵੇਖ ਕੇ ਜਿਹੜੇ ਉਹ ਮੁਸਕੁਰਾਏ ਨੇ, ਮੈਂ ਹੈਰਾਨ ਹੋ ਗਿਆ। ਉਹ ਕਿੱਥੇ ਟੁਰ ਗਏ? ਉਹ ਇੱਧਰ। ਸੋਰੀ ਉਹ ਮੈਂ ਕਿਧਰ ਗੁਮਾਟੀ ਖਾ ਗਿਆ ਜੀ ਸਰ। ਉਹ ਮੈਨੂੰ ਕਹਿੰਦੇ ਨੇ, ਯਾਰ ਨਿਰਗੋਲੀ, ਤੇਰੀ ਛਟੀ ਹਿਸ ਪੇ ਕੁਰਬਾਨ ਜਾਊਂ। ਅੱਛਾ। ਆਤੇ ਵਕਤ ਪੇ ਹੋ। ਮੈਂ ਕਿਹਾ ਸਰ ਮੈਂ ਆਪਕੀ ਸਿਆਸਤ ਪੇ ਕੁਰਬਾਨ ਜਾਊਂ? ਅਗਰ ਕਿਸੀ ਨੇ ਸਿਆਸਤ ਕੀ ਇੱਚੀ ਬੀਚੀ ਸਿੱਖਣੀ ਹੋ ਤੋ ਆਪ ਸਿੱਖੇ। ਅੱਛਾ ਜੀ। ਮੈਨੂੰ ਕਹਿੰਦੇ ਜੀ ਉਹ ਕਿਸ ਤਰ੍ਹਾਂ? ਮੈਂ ਕਿਹਾ ਹਜ਼ੂਰ, ਦੋਵੇਂ ਸ਼ੇਰ ਜੰਗਲ ਤੋਂ ਬਾਹਰ ਤੇ ਬੱਲਾ ਪਵੀਲੀਅਨ ਦੇ ਅੰਦਰ, ਤੇ ਮੈਂ ਕਿਹਾ ਤੁਸੀਂ ਜਿਹੜਾ ਤੀਰ ਹਾਈ ਕਮਾਨ ਦੇ ਨਾਲ ਫਿੱਟ ਕੀਤਾ ਹੈ, ਮੈਂ ਸਮਝ ਗਿਆ। ਇਸ ਮੌਕੇ ਤੇ ਮੈਂ ਕਿਹਾ ਜਾਂਦਾ ਹੈ ਕਿ 3.5 ਸਾਲ ਮੈਂ ਹੋਈ ਖੁਆਰੀ, ਬਟ ਇੱਕ ਜ਼ਰਦਾਰੀ ਸਭ ਤੇ ਭਾਰੀ। ਇਸ ਗੱਲ ਤੇ ਫਿਰ ਸਾਰਿਆਂ ਨੇ ਉੱਠ ਕੇ ਪਾਈ ਹੈ ਝੂਮਰ। ਝੂਮਰ ਵੀ ਡਲੀ ਵਹਾਂ ਪੇ। ਜਿਨ ਉਸ ਤੋਂ ਬਾਅਦ ਜਾ ਕੇ ਖਾਣਾ ਖੁੱਲਿਆ। ਅੱਛਾ। ਤਾਂ ਮੈਨੂੰ ਜਾ ਕੇ ਸਾਹ ਆਇਆ, ਕਿਉਂਕਿ ਅਫਸਰ ਥਾ ਮੈਂ ਸਰਕਾਰੀ। ਹਾਂ। ਤੇ ਬੜੇ ਅਰਸੇ ਤੋਂ ਬਾਅਦ ਬਿੰਡਲੀ ਗੋਸ਼ ਦੀ ਖੁਸ਼ਬੂ ਨੇ ਹਲਕਾ ਜਿਹਾ ਕੀਤਾ ਬੇਹੋਸ਼। ਅੱਛਾ। ਇਹ ਫਿਰ ਮੈਂ ਡਾਲਾ। ਓਕੇ। ਵਾਪਸ ਪਹੁੰਚਿਆ, ਮੈਂ ਕਿਹਾ ਲਓ ਵਾਸੇ ਚੌਧਰੀ ਸਾਹਿਬ ਨੂੰ ਤਾਂ ਮਿਲੇ ਹੀ ਨਹੀਂ, ਉਹ 150 ਰੁਪਏ ਤੁਹਾਡੇ ਕੋਲ ਲੈਣਾ ਸੀ ਨਾ। ਉਹਨਾਂ ਨੇ ਤੇਰੇ ਕੋਲ ਗੱਡੀ 'ਚ ਹਵਾ ਭਰਾਈ 150 ਲੈਣਾ। ਤੇਰੇ ਨਾਲ ਕਿਸੇ ਨੇ ਗੱਲ ਕੀਤੀ ਹੈ? ਆਪਣਾ ਕਿਰਨ ਮੁਲਕ ਸਾਹਿਬਾ ਮੁਲਕ ਨਹੀਂ ਹੈ। ਨਹੀਂ ਨਹੀਂ ਸੋਰੀ, ਕਿਰਨ ਜੋਹਰ ਸਾਹਿਬਾ। ਨਹੀਂ ਨਹੀਂ, ਕਿਰਨ ਜੋਹਰ ਹੈ ਉਹ। ਆਪਣਾ ਫਰਾਰ ਜ਼ਰਾਰ ਯੈਸ। ਉਹ ਮੇਰੇ ਅੱਲਾ, ਦੁਬਈ ਵੇਖੀ ਮੈਂ। ਅੱਛਾ। ਓਏ ਹੋਏ, ਉੱਥੋਂ ਮੈਂ ਰਿਮੋਟ ਵਾਸਤੇ ਸੈੱਲ ਲੈਣ ਗਿਆ, ਸਸਤੇ ਮਿਲਦੇ ਨੇ ਨਾ। ਅੱਛਾ। ਉੱਥੇ ਫਿਰ ਮੈਂ ਵੇਖੀ ਫਿਲਮ ਯਾਰ, ਡੈਬਿਊ ਲੇਕਿਨ ਲੱਗੇ ਕਿ ਹਾਲੀਵੁੱਡ ਦੀ ਐਕਟਰੈਸ ਹੈਗੀ। ਅੱਛਾ। ਯਾਰ ਕਮਾਲ ਇਹਨਾਂ ਨੇ ਐਂਟਰੈਂਸ ਕੀਤਾ। ਅੱਛਾ। ਸ਼ਾਨ ਸਾਹਿਬ ਦਾ ਮੈਂ ਫੈਨ ਹੈਗਾ ਤੇ ਸ਼ਾਨ ਸਾਹਿਬ ਦੇ ਨਾਲ ਮੈਂ ਇਹਨਾਂ ਨੂੰ ਦੇਖਿਆ, ਬਿਲਕੁਲ ਜਾ ਰਹੇ ਨੇ। ਅੱਛਾ। ਭਾਈ ਐਕਟਿੰਗ ਦੇ ਵਿੱਚ ਕਮਾਲ, ਲੇਕਿਨ ਪਹਿਲੀ ਫਿਲਮ ਦੇ ਵਿੱਚ ਇੰਨੀ ਐਕਟਿੰਗ ਤੁਸੀਂ ਕੀਤੀ ਹੈ। ਅੱਛਾ। ਸਾਰੀ ਮਾਨ ਨਾਲ ਕੋਈ ਡਰਾਮਾ ਕਰ ਰਹੇ ਨੇ? ਕਿਹਦੇ ਨਾਲ ਕਰ ਰਹੇ ਹੋ? ਮੈਂ ਕਾਲ। ਅੱਛਾ ਜੀ। ਤੇ ਗਾਰਾ ਲੈਣ ਨਾਲ ਵੀ ਕਰਦੇ ਹੋਗੇ? ਨਹੀਂ, ਸਾਰਿਆਂ ਨਾਲ। ਉਹ ਸ਼ਬਾਸ਼ ਸੀਨੀਅਰ ਸਾਹਿਬ। ਸ਼ਬਾਸ਼ ਸੀਨੀਅਰ ਨਹੀਂ ਹੈ, ਸੋਰੀ, ਸ਼ਬਾਸ਼ ਜੂਨੀਅਰ ਸਾਹਿਬ। ਜੂਨੀਅਰ ਵੀ ਨਹੀਂ। ਨਹੀਂ ਨਹੀਂ, ਆਪਣਾ ਸ਼ਬਾਸ਼ ਸ਼ਰੀਫ ਸਾਹਿਬ। ਨਹੀਂ ਨਹੀਂ, ਸ਼ਬਾਸ਼ ਮੁਗਲ ਸਾਹਿਬ। ਯਾਰ ਨਹੀਂ ਨਹੀਂ, ਆਪਣਾ ਸਲਮਾਨ ਤਾਸੀਰ ਸਾਹਿਬ ਦੇ ਬੇਟੇ ਸ਼ਬਾਸ਼ ਤਾਸੀਰ। ਯਾਰ ਕਮਾਲ, ਮੈਂ ਕਹਿੰਦਾ ਸਰ ਇਹ ਬੜੇ ਬੜੇ ਜ਼ਹੀਨ ਮੈਂ ਲੋਕ ਵੇਖੇ, ਲੇਕਿਨ ਇਹਨਾਂ ਤੋਂ ਘੱਟ ਹੀ ਮੈਂ ਵੇਖਿਆ। ਅੱਛਾ। ਯਾਰ ਉਹ ਜਿਹੜਾ ਟਾਈਮ ਸੀ ਇਤਨਾ ਕਰੂਸ਼ਲ। ਯਾਰ ਕਮਾਲ, ਮੈਂ ਕਹਿੰਦਾ ਜੀ ਮੁਜਾਹਿਦ ਆਦਮੀ ਹੋਏ ਯਾਰ, ਮੈਂ ਇਹਨਾਂ ਨਾਲ ਇੱਕ ਫੋਟੋ ਲੈਣੀ। ਲੈ ਲੀਜੀਏ। ਕਿਉਂਕਿ ਮੈਂ ਹੁਣ ਬਣਾ ਲਿਆ ਆਪਣਾ ਇੰਸਟਾਗ੍ਰਾਮ ਜੀ, ਮੈਨੂੰ ਪਤਾ ਹੈ। ਓਏ ਓਏ ਭਾਈ ਜਾਨ, ਉਹਦੇ ਤੇ ਇੰਨੇ ਬੰਦੇ ਆਏ ਨੇ, ਉਸ ਤੋਂ ਬਾਅਦ ਮੈਂ ਤੁਹਾਨੂੰ ਜਿਸ ਤਰ੍ਹਾਂ ਹੀ ਐਡ ਕੀਤਾ ਹੈ, ਬੜੇ ਲੋਕ ਮੈਨੂੰ ਅਨਫਾਲੋ ਕਰ ਗਏ ਜੀ ਸਰ। ਸਰ ਜੀ ਫਰੈਸ਼ ਫੋਟੋ। ਹਾਂ, ਮੇਰੇ ਯਕੀਨ ਕਰੋ, ਬੱਚੇ ਵੀ ਤੁਹਾਡੇ ਫੈਨ ਹੈਗੇ ਨੇ। ਔਰ ਤੁਸੀਂ ਸਿਆਸਤ ਕਿੱਧਰ ਗਏ ਹੋ? ਉੱਤੇ ਨਹੀਂ ਸੀ ਮੈਂ, ਵਾਹ ਹੋਆ ਸੀ। ਨਹੀਂ ਸਰ, ਉਸ ਵੇਲੇ ਮੈਂ ਛੁੱਟੀ ਤੇ ਸਾਂ, ਵਰਨਾ ਮੈਂ ਉੱਥੇ ਲੰਘਣ ਦੇਣਾ ਸੀ। ਮੈਂ ਬਗੈਰ ਤੋਂ ਲੰਘਣ ਦੇਣਾ ਸੀ। ਕਿਰਨ ਜੀ, ਸਾਡੇ ਕੋਲ ਕੈਮਰੇ ਲੱਗੇ ਹੁੰਦੇ ਨੇ ਜੀ ਜੀ, ਮੈਂ ਫੌਰਨ ਰਿਕਾਰਡ ਕਰ ਲੈਣਾ ਸੀ। ਲੇਕਿਨ ਪਾਕਿਸਤਾਨ ਦੀ ਜਿੰਨੀ ਪੁਲਿਸ ਹੈ, ਸਭ ਤੋਂ ਜ਼ਹੀਨ ਅਫਸਰ ਅਗਰ ਤੇ ਮੇਰਾ, ਇਸ ਤਰ੍ਹਾਂ ਦੀਆਂ ਗੱਲਾਂ ਕਰਿਆ ਕਰ ਮੇਰਾ ਨਰਗੋਲੀ ਪਬਲਿਕ ਦੇ ਵਿੱਚ। ਮੈਂ ਨਰਗੋਲੀ ਨੂੰ ਮੈਂ ਕਿਹਾ ਯਾਰ ਗਰਮੀ ਤੋਂ ਬਚਣ ਲਈ ਕੋਈ ਦੱਸ ਕੀ? ਕਹਿੰਦੇ ਗਰਮੀ ਤੋਂ ਬਚਣ ਲਈ ਸਿਰਫ ਇੱਕੋ ਹੀ ਰਾਸਤਾ ਹੈ, ਜਿਹੜਾ ਮਰੀ ਨੂੰ ਜਾ ਰਿਹਾ ਹੈ। ਕਿੰਨੀ ਸੋਹਣੀ ਗੱਲ ਕੀਤੀ। ਇਸ ਗੱਲ ਦੇ ਉੱਤੇ ਦਿਲ ਤੇ ਕਰਦਾ ਤੈਨੂੰ ਟੱਕਰ ਮਾਰਾਂ, ਲੇਕਿਨ ਮੈਂ ਤੈਨੂੰ ਇਸ ਵਾਸਤੇ ਛੱਡ ਰਿਹਾ
ਕਿ ਵਾਸੇ ਸਾਹਿਬ ਦੇ ਤੁਸੀਂ ਦੋਸਤ ਹੈ ਯਾਰ ਪੁੱਤਰ ਫਿਰ ਬਦਲਾ ਤੇ ਅਸੀਂ ਨਹੀਂ ਕਦੇ ਛੱਡਿਆ ਅੱਛਾ ਨਾ ਛੋੜੀਏ ਇਸ ਬਾਤ ਕੋ ਯਾਰ ਮੈਮ ਨਾਲ ਇੱਕ ਫੋਟੋ ਲੈ ਲਵਾਂ ਆਪ ਮੈਮ ਸੇ ਪੁੱਛੇ ਮੁਝਸੇ ਨਾ ਪੁੱਛੇ ਆਈ ਐਮ ਸੌਰੀ ਮੈਮ ਕਹਿੰਦਾ ਯੂ ਹੈਵ ਅ ਸੈਲਫਿਸ਼ ਵਿਦ ਯੂ ਸੈਲਫਿਸ਼ ਨਹੀਂ ਸੌਰੀ ਸੌਰੀ ਆਈ ਐਮ ਸੌਰੀ ਆਈ ਐਮ ਸੌਰੀ ਦ ਸਲਿਪ ਆਫ ਟੰਗ ਯੈਸ ਯੈਸ ਮੈਮ ਮਾਸ਼ਾਅੱਲਾ ਮੈਮ ਤੇ ਨਜ਼ਦੀਕ ਤੋਂ ਹੋਰ ਪਿਆਰੇ ਨੇ ਯਾਰ